ਪੜ੍ਹਾਈ ਦੀ ਲੋੜ ਹੈ ਸਾਨੂੰ, ਸਾਡੇ ਨੌਜਵਾਨਾਂ ਲਈ ਰੋਜ਼ਗਾਰ ਅਤੇ ਨੌਕਰੀਆਂ ਦੀ ਲੋੜ ਹੈ। ਆਟਾ ਦਾਲ ਤਾਂ ਅਸੀਂ ਆਪੇ ਖਰੀਦ ਲਾਂਗੇ, ਬਿਜਲੀ ਦੇ ਪੈਸੇ ਅਸੀਂ ਆਪੇ ਦੇ ਦਾਂਗੇ। ਸਾਨੂੰ ਸਕਸ਼ਮ ਕਰੋ ਕਿ ਸਾਡੇ ਪਰਿਵਾਰ ਦੀ ਤਰੱਕੀ ਹੋਵੇ, ਉਹ ਮੇਰਾ ਮਾਡਲ ਹੈ। ਮੇਰਾ ਮਾਡਲ ਇਹ ਫਰੀ ਚੀਜ਼ਾਂ ਵੰਡਣਾ ਨਹੀਂ ਹੈ, ਮੇਰਾ ਮਾਡਲ ਲੋਕਾਂ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ, ਨੌਜਵਾਨਾਂ ਨੂੰ ਇਸ ਤਰ੍ਹਾਂ ਬਣਾਉਣਾ ਕਿ ਉਹ ਨੌਕਰੀਆਂ ਦੇਣ ਜੋਗੇ ਹੋ ਜਾਣ, ਇਹ ਮੇਰਾ ਮਾਡਲ ਹੈ। ਅਤੇ ਜਲੰਧਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਡਿਵੈਲਪਮੈਂਟ ਦਾ ਸਕੋਪ ਹੈ, ਜਿੱਥੇ ਇੰਡਸਟਰੀ ਦਾ ਬਹੁਤ ਸਕੋਪ ਹੈ, ਜਿੱਥੇ ਤਰੱਕੀ ਦਾ ਬਹੁਤ ਸਕੋਪ ਹੈ। ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਹੀ ਨਹੀਂ ਪੰਜਾਬ ਦਾ ਅਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ, ਚਾਹੇ ਉਹ UK ਹੈ, ਚਾਹੇ USA ਹੈ, ਚਾਹੇ ਕਨੇਡਾ, ਚਾਹੇ ਹੋਰ ਦੇਸ਼ ਹੈ। ਇੱਥੇ ਦੇ NRI ਨੇ ਕਮਾਲ ਕਰਤੀ ਹੈ, ਸਾਡਾ ਨਾਮ ਉੱਚਾ ਕੀਤਾ। ਲੇਕਿਨ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ, ਉਹ ਸਾਡਾ ਨਾਮ ਰੋਲ ਰਹੇ ਹੈ, ਸਾਡੇ ਨੂੰ ਬਦਨਾਮ ਕਰ ਰਹੇ ਹੈ, ਗਲੀ ਗਲੀ ਦੇ ਵਿੱਚ ਵਿਕ ਰਹੇ ਹੈ, ਦਰ ਦਰ 'ਤੇ ਘੁੰਮਦੇ ਹੈ ਵਿਕਣ ਵਾਸਤੇ। ਪਹਿਲਾਂ ਇੱਕ ਪਾਰਟੀ ਜਾਂਦੇ ਹੈ, ਫਿਰ ਦੂਸਰੀ ਜਾਂਦੇ ਹੈ, ਫਿਰ ਤੀਸਰੀ ਚਲੇ ਜਾਂਦੇ, ਚੌਥੀ ਦਾ ਪਤਾ ਕੋਈ ਨਹੀਂ ਕਦ ਚਲੇ ਜਾਂਦੇ। ਇਹ ਹਾਲਾਤ ਸਾਡੇ MP ਲੈਵਲ ਦੇ ਅਤੇ MLA ਲੈਵਲਾਂ ਦੇ ਲੀਡਰ ਦਾ ਜਿਹੜੇ ਬਕਾਊ ਹੋ ਚੁੱਕੇ ਹੈ ਅਤੇ ਗੰਧੜਾ ਕਰਿਆ ਸਿਸਟਮ ਨੂੰ BJP ਨੇ ਖਾਸ ਤੌਰ 'ਤੇ ਅਤੇ ਆਮ ਆਦਮੀ ਪਾਰਟੀ ਨੇ ਖਾਸ ਤੌਰ 'ਤੇ। ਇੱਥੇ ਰਿੰਕੂ ਕਾਂਗਰਸ 'ਚੋਂ ਗਿਆ, ਅਸੀਂ ਰੌਲਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਜਾਂ ਕਿਆ ਸੀਗਾ, ਲੇਕਿਨ ਜਦ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਗਿਆ, ਕਿਉਂਕਿ ਉਹਦਾ ਤਾਂ ਕਿਰਦਾਰ ਹੀ ਕੋਈ ਨਹੀਂ ਬਚਿਆ। ਜਿਹੜਾ ਇੱਕ ਦਿਨ ਹੀ ਟੱਪ ਗਿਆ, ਉਹਨੇ ਪਤਾ ਨਹੀਂ ਕਿੰਨੀਆਂ ਟੱਪਣੀਆਂ, ਜਾਂ ਦੂਸਰੀ ਟੱਪੀ, ਜਾਂ ਫਿਰ ਇਹਨਾਂ ਨੇ ਪੂਰੇ ਜਲੰਧਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਕੇ ਬੜੇ ਜਲੂਸ ਕੱਢੇ ਰਿੰਕੂ ਦੇ। ਅਤੇ ਅੱਜ ਅਕਾਲੀ ਦਲ ਦਾ ਗਰਦਾਰ ਲੈ ਕੇ ਉਹਨੂੰ ਟਿਕਟ ਦੇ ਦਿੱਤੀ ਆ, ਉਹਦੇ ਕਿਹੜੇ ਪੋਸਟਰ ਲਾਣਗੇ? ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਕਿ ਅੱਜ ਪਵਨ ਕੁਮਾਰ ਟੀਨੂ ਦੇ ਮੈਂ ਕਿਹੜੇ ਪੋਸਟਰ ਲਗਾਵਾਂ ਪੰਜਾਬ ਜਲੰਧਰ ਦੀਆਂ ਗਲੀਆਂ ਦੇ ਵਿੱਚ? ਉਹ ਇਨਕਲਾਬੀ ਹੈ ਜਾਂ ਉਹ ਗਰਦਾਰ ਹੈ? ਜੇ ਰਿੰਕੂ ਗਰਦਾਰ ਸੀ, ਇਹਨਾਂ ਦੀ ਪਾਰਟੀ ਦਾ ਟਿਕਟ ਸਮੇਤ ਭੱਜ ਗਿਆ, ਤਾਂ ਕਿਆ ਟੀਨੂ ਗਰਦਾਰ ਨਹੀਂ ਹੈ? ਨਾਮ ਤਾਂ ਮਿਲ ਜਾਈ ਹੈ, ਦੋਨੋਂ ਹੀ ਫਿਰ ਇਹ ਗਰਦਾਰ ਕਿਉਂ ਨਹੀਂ ਹੈ? ਫਿਰ ਤੁਸੀਂ ਕਿਉਂ ਸਿਸਟਮ ਨੂੰ ਗੰਧੜਾ ਕਰ ਰਹੇ ਹੋ? ਕਿਉਂ ਸਾਡੀ ਸੱਭਿਆਚਾਰ ਨੂੰ, ਸਾਡੇ ਲੋਕਾਂ ਦੇ ਇਖਲਾਕ ਨੂੰ ਤੁਸੀਂ ਲਾਲਚ ਆ ਡਰ ਦੇ ਕੇ ਬਦਲ ਰਹੇ ਹੋ? ਉਹਨਾਂ ਦਾ ਕੋਈ ਇਖਲਾਕ ਨਹੀਂ ਰਿਹਾ ਜਿਹੜੇ ਵਿਕ ਰਹੇ ਹੈ ਵਾਰ ਵਾਰ, ਅਤੇ ਜਿਹੜੇ ਲਾਲਚ ਵਿੱਚ ਆ ਡਰ ਵਿੱਚ ਆ ਕੇ ਪਾਰਟੀਆਂ ਬਦਲ ਰਹੇ ਹੈ, ਦਲ ਬਦਲੂ ਜਿਹਨਾਂ ਨੂੰ ਕਹਿੰਦੇ। ਹਰਿਆਣੇ ਵਿੱਚ ਇਹ ਬਦਨਾਮੀ ਹੋਈ ਸੀ, ਆਇਆ ਰਾਮ ਗਿਆ ਰਾਮ ਹੋ ਗਿਆ ਸੀ, ਲੇਕਿਨ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰਦਾ। ਅੱਜ ਆਮ ਆਦਮੀ ਪਾਰਟੀ ਨੇ ਫਤਿਹਗੜ੍ਹ ਦਾ ਕੈਂਡੀਡੇਟ ਕਾਂਗਰਸ 'ਚੋਂ ਲਿਆ ਕੇ ਦਿੱਤਾ, ਅੱਜ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਦਾ ਕੈਂਡੀਡੇਟ ਦੂਸਰੀ ਪਾਰਟੀ 'ਚੋਂ ਲਿਆ ਕੇ ਦਿੱਤਾ, ਆਮ ਆਦਮੀ ਪਾਰਟੀ ਨੇ ਇੱਥੇ ਦਾ ਕੈਂਡੀਡੇਟ ਅਕਾਲੀ ਦਲ 'ਚੋਂ ਲਿਆ ਕੇ ਦਿੱਤਾ। ਕਿਉਂ ਬਈ? ਜਿਹੜੇ ਬਲੈਂਟਰੀਆਂ ਨੇ ਇਹਨਾਂ ਨੂੰ ਇਨਕਲਾਬੀ ਸਮਝ ਕੇ ਆਪਣੇ ਆਪ ਨੂੰ ਇਹਨਾਂ ਦੇ ਪਿੱਛੇ ਝੋਕਿਆ ਸੀ, ਇਹਨਾਂ ਦੀ ਬਦਲਾਓ ਲਿਆਉਣ ਦੀ ਜਿਹੜੀ ਨਾਰਾ ਸੀ ਉਹ ਬਦਲਾਓ ਸਮਝ ਕੇ ਉਹਨਾਂ ਨੇ ਆਪਣੀਆਂ ਜਾਨਾਂ ਲਾ ਦਿੱਤੀਆਂ, ਆਪਣੇ ਘਰ ਵੇਚ ਕੇ ਲਗਾ ਦੇ ਪਾਰਟੀ 'ਤੇ। ਕਿਆ ਉਹਨਾਂ 'ਚੋਂ ਕੋਈ ਹੋਣਹਾਰ ਮੁੰਡਾ ਨਹੀਂ ਸੀ ਜਿਸ ਨੂੰ ਜਲੰਧਰ ਦੀ, ਹੁਸ਼ਿਆਰਪੁਰ ਦੀ ਜਾਂ ਫਤਿਹਗੜ੍ਹ ਸਾਹਿਬ ਦੀ ਟਿਕਟ ਦਿੱਤੀ ਜਾਂਦੀ? ਕਿਉਂ ਬਾਹਰ ਦੇ ਬੰਦੇ ਲਿਆ ਕੇ ਦੂਸਰੀ ਪਾਰਟੀਆਂ ਦੇ ਖਰੀਦ ਕੇ ਕਿਆ ਉਹਨਾਂ ਨੂੰ ਦਰਜ ਟਿਕਟਾਂ ਦਿੱਤੀਆਂ ਜਾਂਦੀਆਂ? ਵਲੰਟੀਅਰ ਕਿੱਥੇ ਜਾਵੇ? ਸੋ ਮੈਂ ਇਹ ਗੱਲਾਂ
ਤੁਹਾਡੇ ਰਾਹੀਂ ਲੋਕਾਂ 'ਚ ਲਿਆਉਣਾ ਚਾਹੁੰਦਾ ਕਿ ਇਹ ਜਿਹੜੇ ਦਲ ਬਦਲੂ ਔਰ ਇਖਲਾਕ ਤੋਂ ਗਿਰੇ ਵਿਕਾਓ ਔਰ ਡਰਪੋਕ ਲੋਕ ਹੈ, ਇਹਨਾਂ ਨੂੰ ਮੂੰਹ ਨਾ ਲਾਓ, ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ। ਜੇ ਮੈਂ ਪਾਰਟੀ ਬਦਲਦਾ ਤਾਂ ਮੈਨੂੰ ਵੀ ਵੋਟ ਨਾ ਪਾਓ, ਕਿਸੇ ਨੂੰ ਨਾ ਪਾਓ। ਜਿਹੜੇ ਆਪਣੀ ਮਾਂ ਪਾਰਟੀ ਦੇ ਮੂੰਹ 'ਤੇ ਚਪੇੜ ਮਾਰ ਕੇ ਜਾਂਦੇ ਆ, ਜਿਹੜੇ ਉਹਨੂੰ ਪਿੱਠ ਦਿਖਾ ਕੇ ਜਾਂਦੇ, ਜਿਹੜੇ ਉਹਨੂੰ ਧੋਖਾ ਦੇ ਕੇ ਜਾਂਦੇ ਆ। ਸੋ ਇੱਕ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ, ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਡਿਵੈਲਪਮੈਂਟ ਪੱਖੋਂ ਜਲੰਧਰ ਦੀ ਗੱਲ ਕਰਨੀ ਹੈ ਮੈਂ। ਅੱਜ ਹਾਲਾਤ ਜਲੰਧਰ ਦੇ ਵਿੱਚ ਇਹ ਹੈ ਕਿ ਆਮ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਕਿਹਦੀ ਚੈਨ ਕਰ ਕੋਈ ਖੋਲਵੇ ਕੋਈ ਪਤਾ ਨਹੀਂ, ਕਿਹਦੀ ਕੋਈ ਮੋਬਾਈਲ ਚੱਕ ਲੈ ਜਾਵੇ ਜਾਂ ਕਿਹਨੂੰ ਧਮਕੀ ਆ ਜਾਵੇ, ਕੀ ਤੋਂ ਅੰਦਰ ਕਰਕੇ ਪੈਸੇ ਲਈ ਜਾਂਦੇ ਪਤਾ ਨਹੀਂ ਲੱਗ ਰਿਹਾ। ਲੇਕਿਨ ਲੋ ਐਂਡ ਆਰਡਰ ਦੀ ਹਾਲਾਤ ਬਹੁਤ ਮਾੜੇ, ਨਸ਼ਿਆਂ ਦੇ ਹਾਲਾਤ ਬਹੁਤ ਮਾੜੇ ਹੈ, ਅਤੇ ਨਾਲ ਨਾਲ ਇੱਥੇ ਸੱਟਾ ਚੱਲਦਾ, ਨਾਲ ਨਾਲ ਇੱਥੇ ਜੂਏ ਦੇ ਅੱਡੇ ਚੱਲਦੇ ਹੈ, ਨਾਲ ਨਾਲ ਇੱਥੇ ਨਸ਼ੇ ਵਿਕਦੇ, ਅਤੇ ਉਹਨੂੰ ਚਲਾਉਂਦੇ ਹੈ ਇੱਥੋਂ ਦੇ ਲੀਡਰ। ਉਹਨਾਂ ਦੀਆਂ ਲੜਾਈਆਂ ਵੀ ਨਸ਼ਿਆਂ ਪਿੱਛੇ ਚਲਾਉਣ ਪਿੱਛੇ ਹੁੰਦੀਆਂ, ਅਤੇ ਸੱਟੇ ਦੇ ਬਾਜ਼ਾਰ ਚਲਾਉਣ ਪਿੱਛੇ ਹੁੰਦੇ, ਅਤੇ ਮਾਫੀਏ ਪਿੱਛੇ ਹੁੰਦੀਆਂ, ਅਤੇ ਸਮਝੌਤੇ ਵੀ ਇਸੇ ਕਰਕੇ ਹੁੰਦੇ, ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਵੀ ਸਿਫਰ ਕੇ ਜਾਂਦੇ ਕਿ ਕਿਸੇ ਨੂੰ ਨਸ਼ਿਆਂ ਵਿੱਚ ਫੜ ਲਿਆ, ਕਿਸੇ ਨੂੰ ਸੱਟੇ ਵਿੱਚ ਫੜਿਆ ਹੋਇਆ ਸਰਕਾਰਾਂ ਨੇ, ਅਤੇ ਉਹ ਦਬਾ ਕੇ ਉਹਨਾਂ ਨੂੰ ਇੱਧਰ ਉੱਧਰ ਘੁਮਾਈ ਜਾਂਦੇ, ਜਿਸ ਤਰ੍ਹਾਂ ਚਿੜੀ ਹੁੰਦੀ ਹੈ ਸ਼ਟਲ ਹੁੰਦੀ ਹੈ, ਉਸ ਤਰ੍ਹਾਂ ਕਦੇ ਇੱਧਰ ਗੇਰ ਲੈਂਦੇ ਇਹਨਾਂ ਨੂੰ, ਕਦੇ ਇੱਧਰ ਗੇਰ ਲੈਂਦੇ। ਲੇਕਿਨ ਮੈਂ ਇੱਥੇ ਚਮਕੌਰ ਸਾਹਿਬ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸ਼ਹੀਦ ਸਿੰਘ ਜਿਨ੍ਹਾਂ ਨੂੰ ਮੈਂ ਮੰਨਦਾ ਉੱਥੇ, ਮੈਂ ਉਹਨਾਂ ਦਾ ਅੱਜ ਆਸ਼ੀਰਵਾਦ ਲੈ ਕੇ ਆਇਆ, ਬਬਰੂ ਰਾਮ ਜੀ ਦਾ ਆਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦਿਓ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਔਰ ਇੱਥੇ ਮੈਨੂੰ ਸੇਵਾ ਦਾ ਮੌਕਾ ਮਿਲੇ। ਅਤੇ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਮੈਂ ਸੁਦਾਮਾ ਬਣ ਕੇ ਆਇਆ, ਤੁਸੀਂ ਮੇਰੇ ਸ਼੍ਰੀ ਕ੍ਰਿਸ਼ਨ ਹੋ, ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ। ਮੈਂ ਸੇਵਕ ਬਣ ਕੇ ਆਇਆ, ਤੁਸੀਂ ਮੇਰੇ ਮਾਲਕ ਹੋ, ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ, ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਅਤੇ ਸੇਵਾ ਕਰਾਂਗਾ। ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ, ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ, ਜਲੰਧਰ ਤੋਂ ਵੀ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ, ਅਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ। ਜਿਸ ਤਰ੍ਹਾਂ ਪਹਿਲਾਂ ਫੁੱਟਬਾਲ ਫੀਫਾ ਦੀ ਇੱਥੇ ਜਮੜ ਕੇ ਜਾਂਦੀ ਸੀ, ਉਹ ਚੀਜ਼ਾਂ ਦੁਬਾਰੇ ਆਉਣਗੀਆਂ ਅਤੇ ਇਹ ਇੰਡਸਟਰੀ ਜਾਂ ਦੁਬਾਰੇ ਵਧੇਗੀ। ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ, ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ। ਅਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮਿਨਿਸਟਰ ਹੈ, ਲੇਕਿਨ ਝਾੜੂ ਵਾਲਿਆਂ 'ਤੇ ਝਾੜੂ ਵੀ ਨਹੀਂ ਮਰਵਾ ਹੁੰਦਾ, ਇੱਥੇ ਗੰਦਗੀ ਪਈ ਹੈ ਸਾਰੇ ਪਾਸੇ, ਸੜਕਾਂ ਟੁੱਟੀਆਂ ਪਈਆਂ ਜਲੰਧਰ ਦੀਆਂ, ਕੋਈ ਲਾਅ ਐਂਡ ਆਰਡਰ ਨਹੀਂ, ਕੋਈ ਲੋਕਾਂ ਵਾਸਤੇ ਰੁਜ਼ਗਾਰ ਦੇ ਸਾਧਨ ਨਹੀਂ। ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੈ ਕੇ ਆਉਣੀ ਹੈ, ਹਾਲਾਂਕਿ PTU ਇੱਥੋਂ ਦੂਰ ਹੈ, ਉਹ ਟੈਕਨੀਕਲ ਪੜ੍ਹਾਈ ਦਿੰਦੀ ਹੈ ਇਕੱਲੀ, ਲੇਕਿਨ ਇੱਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਜਿਹਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ, ਉਹਨਾਂ ਦੀ ਇੰਪਲਾਇਬਿਲਟੀ ਹੋਵੇ, ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ, ਉਹ ਆਪ ਕਮਾਉਣ ਵਾਲੇ ਹੋਣ। ਅਤੇ ਨਾਲ ਨਾਲ ਇੱਕ ਸ਼ਾਨਦਾਰ ਹੋਸਪਿਟਲ ਇੱਥੇ PGI ਲੈਵਲ ਦਾ ਚਾਹੀਦਾ, ਜਿਹਦੀ ਜ਼ਰੂਰਤ ਹੈ, ਤਾਂ ਕਿ ਗਰੀਬ ਆਦਮੀ ਸਰਕਾਰੀ ਹੋਸਪਿਟਲ 'ਚ ਜਾ ਕੇ ਆਪਣਾ ਇਲਾਜ ਕਰਾ ਸਕੇ, ਜਿਹੜਾ ਕਿ ਇੱਥੇ ਵਾਂਝਾ ਰੱਖਿਆ ਹੋਇਆ। ਮੈਂ ਕਾਲਜ ਇੱਥੇ ਦਿੱਤਾ ਸੀ ਆਦਮਪੁਰ ਦੇ ਵਿੱਚ, ਜਦੋਂ ਮੈਂ 3 ਮਹੀਨੇ ਮੁੱਖ ਮੰਤਰੀ ਰਿਹਾ,
ਲੇਕਿਨ ਅੱਜ ਤੱਕ ਇਹਨਾਂ ਨੇ ਸਿਰੇ ਨਹੀਂ ਚੜਾਇਆ, ਉਹ ਬਣਿਆ ਨਹੀਂ ਪੂਰਾ। ਇਸੇ ਤਰ੍ਹਾਂ ਇਹ ਇੱਕ ਵੀ ਕੰਮ ਨਹੀਂ ਬਣਾ ਸਕਦੇ ਜਿਹੜਾ ਇਹਨਾਂ ਨੇ ਕੀਤਾ। ਮੈਂ ਤੁਹਾਨੂੰ ਦੱਸਦਾ ਕਿ ਮੈਂ ਬੱਲਾ ਡੇਰੇ ਦੇ ਵਿੱਚ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਐਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਕੈਬਨਿਟ 'ਚ 25 ਕਰੋੜ ਦਾ ਚੈੱਕ ਦੇ ਕੇ ਗਿਆ, ਇਹਨਾਂ ਦੇ ਖਾਤੇ ਵਿੱਚ ਆ ਗਿਆ। ਬਾਅਦ ਦੇ ਵਿੱਚ ਇਹ ਸਰਕਾਰ ਨੇ ਵਾਪਸ ਲੈ ਲਿਆ। ਫਿਰ ਵੋਟਾਂ ਆ ਗਈਆਂ, ਫਿਰ ਮੁੱਖ ਮੰਤਰੀ ਜੀ ਉੱਥੇ ਚੈੱਕ ਲੈ ਕੇ ਪਹੁੰਚ ਗਏ ਵੀ ਲਓ ਜੀ ਅਸੀਂ ਦੇ ਦਿੰਦੇ ਹਾਂ। 11 ਮਹੀਨੇ ਵੋਟਾਂ ਪਈਆਂ ਨੂੰ ਹੋ ਗਿਆ, ਅੱਜ ਤੱਕ ਇੱਕ ਰੁਪਈਆ ਉਹਦੇ 'ਚੋਂ ਕਢਾਇਆ ਨਹੀਂ, ਕੋਈ ਕੁਛ ਨਹੀਂ ਕੀਤਾ, ਸਾਰੇ ਲਾਰੇ ਦੇ ਰਹੇ। ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਵੋਟਾਂ ਵਿੱਚ ਕਿ ਜੀ ਡਿਪਟੀ CM ਦਲਿਤ ਬਣਾਵਾਂਗੇ, ਲੇਕਿਨ ਅੱਜ 2 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਹੈ। ਜਦੋਂ ਵੋਟਾਂ ਆਈਆਂ ਸੀ ਦੁਬਾਰੇ 22 ਇਲੈਕਸ਼ਨ ਹੋਇਆ, ਇੱਥੇ ਮੁੱਖ ਮੰਤਰੀ ਨੇ ਫਿਰ ਐਲਾਨ ਕਰਿਆ ਕੇਜਰੀਵਾਲ ਨੇ ਆ ਕੇ ਕਿ ਜੀ ਇੱਥੇ ਡਿਪਟੀ CM ਦਲਿਤ ਵਰਗ ਦਾ ਬਣੇਗਾ। ਅੱਜ ਉਸ ਗੱਲ ਨੂੰ ਵੀ 10 ਮਹੀਨੇ ਹੋ ਚੁੱਕੇ ਹੈ, ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ, ਕੋਈ ਸੁਣਵਾਈ ਨਹੀਂ ਹੈ ਦਲਿਤਾਂ ਦੀ ਇਸ ਸਰਕਾਰ ਦੇ ਵਿੱਚ, ਕੋਈ ਪੁੱਛ ਨਹੀਂ ਹੈ, ਬਲਕਿ ਲਤਾੜਿਆ ਜਾ ਰਿਹਾ, ਸ਼ਰਾਬ ਗੰਦੀ ਪਿਲਾ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ। 21 ਬੰਦੇ ਮਰ ਗਏ ਹੈ ਗੰਦੀ ਸ਼ਰਾਬ ਪੀ ਕੇ, ਜਿਹੜੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੱਤੀ, ਔਰ ਉਹਨਾਂ ਦੀ ਸੁਣਵਾਈ ਕੋਈ ਨਹੀਂ। ਕਿੰਨੇ ਹੀ ਬੰਦੇ ਅੰਨੇ ਹੋ ਚੁੱਕੇ ਹੈ। SC ਸਕੋਲਰਸ਼ਿਪ ਕੇਂਦਰ ਨੇ ਵੀ ਬੰਦ ਕਰਤਾ ਅਤੇ ਇਹਨਾਂ ਨੇ ਵੀ ਬੰਦ ਕਰਤਾ, ਅਤੇ 60-40 ਦੀ ਰੇਸ਼ੋ ਕਰਤੀ। ਪਹਿਲਾਂ ਪੂਰਾ ਆਉਂਦਾ ਸੀ, ਲੇਕਿਨ ਕੇਂਦਰ ਸਰਕਾਰ ਨੇ 60-40 ਦੀ ਰੇਸ਼ੋ ਕਰਤੀ। 40% ਜਿਹੜਾ ਪੰਜਾਬ ਦੀ ਸਰਕਾਰ ਦਾ, ਉਹ ਪੰਜਾਬ ਸਰਕਾਰ ਦੇ ਨਹੀਂ ਰਹੀ। 2 ਸਾਲ ਤੋਂ 1 ਪੈਸਾ ਨਹੀਂ ਦਿੱਤਾ SC ਸਕੋਲਰਸ਼ਿਪ ਦੇ ਵਿੱਚ। ਇਸ ਦੇ ਨਾਲ ਨਾਲ ਦਲਿਤ ਵਰਗ ਨੂੰ, ਪਿਛੜੇ ਵਰਗ ਨੂੰ ਹਰ ਤਰ੍ਹਾਂ ਪਿੱਛੇ ਘੜੀਸਿਆ ਜਾ ਰਿਹਾ। ਇੱਥੇ ਤੱਕ ਕਿ ਕੱਲ੍ਹ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਗੁੱਡੀ ਘੜ ਨਹੀਂ ਹੈ, ਮੈਂ ਕੋਈ ਸੁਨਿਆਰਾ ਨਹੀਂ ਹੈ। ਉਹ ਭਾਈ ਐਵੇਂ ਪੰਗਾ ਨਾਲ ਲੈ ਬੈਠੀ, ਤੈਨੂੰ ਗੁੱਡੀ ਵਾਂਗੂ ਘੜ ਦੇਣਗੇ ਜਿਨ੍ਹਾਂ ਨੂੰ ਤੂੰ ਗੁੱਡੀ ਘੜ ਕਹਿ ਰਿਹਾ। ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ, ਉਹ ਸ਼ਰਾਬ ਸੋਨੇ ਦੇ ਗਹਿਣੇ ਬਣਾਉਂਦੇ ਹੈ ਔਰ ਉਹਦੇ 'ਚ ਨਗ ਜੜਦੇ, ਤੇਰੇ ਜਿਹੜੇ ਐਸੇ ਕੋਕੇ ਚੜਨਗੇ ਨਾ ਜਿਹੜੇ ਤੂੰ ਯਾਦ ਰੱਖੇਗਾ, ਨਾਲੇ ਤੇਰੀ ਪਾਰਟੀ ਯਾਦ ਰੱਖੇਗੀ। ਇਹ ਕੋਈ ਗੱਲ ਹੈ ਪਿਛੜੇ ਵਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸੁਨਿਆਰਾ ਨਹੀਂ, ਮੈਂ ਕੋਈ ਗੁੱਲੀ ਕੱਢੀ ਹੈ? ਤੁਸੀਂ ਬਹੁਤ ਬੜੇ ਪੀਰ ਜਾਂਦੇ ਹੋ ਬਈ, ਇਹ ਕਾਹਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ? ਪੰਜਾਬ ਦੇ ਲੋਕ ਤਾਂ ਵਿਸ਼ਾਲ ਹਿਰਦਾ ਰੱਖਦੇ ਹੈ, ਦੂਸਰਿਆਂ ਨੂੰ ਜੱਫੀਆਂ ਪਾਉਂਦੇ, ਸਭ ਕੁਛ ਕਰਦੇ ਹੈ, ਲੇਕਿਨ ਇਹਨਾਂ ਦੀ ਇੱਥੇ ਤੱਕ ਮਾਨਸਿਕਤਾ ਗਿਰ ਗਈ ਹੈ ਕਿ ਇੱਕ ਇਹਨਾਂ ਦੇ ਆਪਣੇ MLA ਨੇ, ਆਮ ਆਦਮੀ ਪਾਰਟੀ ਦੇ, ਕਹਿਤਾ ਕਿ ਜੀ ਡਿਪਟੀ CM ਲਗਾਓ, ਉਹਦੀਆਂ ਸਾਰੀਆਂ ਪਾਵਰਾਂ ਵਾਪਸ ਲੈ ਲਈਆਂ, ਉਹਨੂੰ ਪੁੱਛਦਾ ਹੀ ਕੋਈ ਨਹੀਂ ਆਉਣ। ਇਸ ਕਰਕੇ ਸਿਰਫ ਕਿ ਇਹਨੇ ਡਿਪਟੀ CM ਮੰਗ ਲਿਆ। ਇਸ ਲਈ ਮੈਂ ਤੁਹਾਨੂੰ ਅੱਜ ਇਹ ਬੇਨਤੀਆਂ ਕਰਨ ਵਾਸਤੇ ਆਇਆ। ਇੱਕ ਮੇਰੀਆਂ ਭੈਣਾਂ ਔਰਤਾਂ ਵਾਸਤੇ, ਬੀਬੀਆਂ ਵਾਸਤੇ, ਮਾਵਾਂ ਵਾਸਤੇ ਇਹਨਾਂ ਨੇ 1,000 ਰੁਪਈਆ ਅਨਾਊਂਸ ਕੀਤਾ ਸੀ, ਅੱਜ ਉਹ ਡਿੱਗੀ ਜਾ ਰਹੀਆਂ। ਇਹਨਾਂ ਵਾਲਾ ਝਾੜੂ ਹੱਥ ਚੱਕੀ ਕੜੀਆਂ ਹੀ ਮਰ ਜਾਣੇ, ਆ ਜਾਓ ਪਿੰਡ, ਪਿੰਡ ਦੇ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਵੀ 1,000 ਰੁਪਈਆ ਦਿੱਤੇ। ਕੋਈ ਇਸ ਸਾਲ ਦੇ ਬਜਟ ਵਿੱਚ ਵੀ ਐਸੀ ਗੱਲ ਨਹੀਂ ਰੱਖੀ ਕਿ 1,000 ਰੁਪਈਆ ਉਹਨਾਂ ਨੂੰ ਦੇਵਾਂਗੇ। ਅਤੇ ਨਾਲ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ PT ਯੂਨੀਵਰਸਿਟੀ ਹੈ, ਮੈਂ ਅੰਬੇਦਕਰ ਸਾਹਿਬ ਦਾ ਉੱਥੇ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਈਆ ਪਾਸ ਕਰਕੇ
ਅਲੱਗ ਰੱਖ ਕੇ ਪੈਸਾ ਉੱਤੇ ਨੀਂਹ ਪੱਥਰ ਰੱਖ ਕੇ ਆਇਆ ਸੀ, ਅੱਜ ਤੱਕ ਕੁਛ ਨਹੀਂ ਕੀਤਾ। ਮੈਂ ਵਾਲਮੀਕੀ ਦੇ ਤੀਰਥ ਸਥਾਨ 'ਤੇ 28 ਕਰੋੜ ਰੁਪਈਆ ਪਾਸ ਕਰਕੇ ਟੈਂਡਰ ਲਾ ਕੇ ਠੇਕੇਦਾਰ ਨੂੰ ਕੰਮ ਦੇ ਕੇ ਗਿਆ ਸੀ ਐਜ ਮੁੱਖ ਮੰਤਰੀ, ਕਿ ਉੱਥੇ ਪਨੋਰਮਾ ਬਣਾ ਕੇ ਜਿਸ ਤਰ੍ਹਾਂ ਅਸੀਂ ਚਮਕੌਰ ਸਾਹਿਬ 'ਚ ਸਿੱਖ ਹਿਸਟਰੀ ਨੂੰ ਫਰਮਾਇਆ, ਉੱਥੇ ਭਗਵਾਨ ਵਾਲਮੀਕ ਜੀ ਨੂੰ ਔਰ ਰਮਾਇਣ ਦੀ ਹਿਸਟਰੀ ਨੂੰ ਫਰਮਾਇਆ ਜਾਏਗਾ, ਲੇਕਿਨ ਇਹਨਾਂ ਨੇ ਕੁਛ ਨਹੀਂ ਕੀਤਾ। ਮੈਂ ਗੀਤਾ ਅਧਿਐਨ ਅਤੇ ਰਮਾਇਣ ਅਧਿਐਨ ਸੈਂਟਰ ਖੋਲ੍ਹਣ ਵਾਸਤੇ ਕੈਬਨਿਟ 'ਚ ਪਾਸ ਕੀਤੇ ਸੀ, ਇਹਨਾਂ ਨੇ ਕੁਛ ਨਹੀਂ ਕੀਤਾ। 10 ਕਰੋੜ ਰੁਪਈਆ ਭਗਵਾਨ ਪਰਸ਼ੂਰਾਮ ਜੀ ਦੇ ਮੰਦਰ ਨੂੰ ਦਿੱਤਾ ਸੀ ਫਗਵਾੜੇ ਦੇ ਵਿੱਚ, ਅਜੇ ਤੱਕ ਪੂਰਾ ਨਹੀਂ ਲੱਗਿਆ, ਕੁਛ ਲੱਗੇ। ਜਲੰਧਰ ਨੂੰ ਇਹਨਾਂ ਨੇ ਪਿਛਲੇ 2 ਸਾਲਾਂ 'ਚ ਕਿਹਾ ਦਿੱਤਾ ਮੈਨੂੰ ਉਸਦਾ ਕੋਈ ਵੇਰਵਾ ਦੇਣ, 1 ਰੁਪਈਆ ਨਹੀਂ ਦਿੱਤਾ ਜਲੰਧਰ ਦੇ ਵਾਸਤੇ, ਇੱਕ ਕੋਈ ਕਾਲਜ ਨਹੀਂ ਦਿੱਤਾ, ਕੋਈ ਹਸਪਤਾਲ ਨਹੀਂ ਦਿੱਤਾ, ਕੋਈ ਕੰਮ ਨਹੀਂ ਕਰਿਆ, ਗੰਦਗੀ ਦੇ ਢੇਰ ਹੈ। ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਨੂੰ, ਤੁਸੀਂ ਕੀਤਾ ਕਿਆ ਹੈ? ਤੁਗਲਕ ਬਾਗ ਵਿੱਚ, ਤੁਗਲਕ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਰਵਿਦਾਸ ਜੀ ਦਾ ਇੱਕ ਮੰਦਰ ਸੀ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਇਆ ਅਤੇ ਅੱਜ ਤੱਕ ਦੁਬਾਰੇ ਨਹੀਂ ਬਣਾਇਆ। ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ, ਕੇਜਰੀਵਾਲ ਜੀ ਤਾਂ ਹੁਣ ਚਲੇ ਗਏ ਅੰਦਰ, ਪਰ ਗਏ ਵੀ 1000 ਕਰੋੜ ਦੇ ਘੁਟਾਲੇ ਵਿੱਚ ਹੈ, ਸੇਮ ਘੁਟਾਲਾ ਪੰਜਾਬ ਵਿੱਚ ਵੀ ਹੋਇਆ ਹੈ ਔਰ ਉਹਦੇ ਨਾਲੋਂ ਡਬਲ ਹੋਇਆ। ਇਹਨਾਂ ਨੂੰ ਅਜੇ ਤੱਕ BJP ਪੁੱਛ ਨਹੀਂ ਰਹੀ ਦੀ ਸਰਕਾਰ ਕਿਉਂ ਜੀ, ਇਹਨਾਂ ਨਾਲ ਕਿਆ ਮਿਲੀ ਭੁਗਤ ਹੈ? ਮੁੱਖ ਮੰਤਰੀ ਔਰ ਕੇਂਦਰ ਸਰਕਾਰ ਦੀ ਕਿਆ ਮਿਲੀ ਭੁਗਤ ਹੈ ਜਿਹਦੇ ਕਰਕੇ ਉਹ ਮਿਲੀ ਭੁਗਤ ਕਰਕੇ ਕਿਸਾਨਾਂ ਦੇ ਡਾਂਗਾਂ ਚੱਲਦੀਆਂ, ਗੋਲੀਆਂ ਚੱਲਦੀਆਂ, ਕੋਈ ਪਰਚਾ ਨਹੀਂ ਹੁੰਦਾ। ਕਿਸਾਨਾਂ 'ਤੇ ਹਰਿਆਣੇ ਸਰਕਾਰ ਨੇ ਗੋਲੀਆਂ ਚਲਾਈਆਂ, ਬੰਬ ਚਲਾਏ ਹੈ, ਸਾਡਾ ਨੌਜਵਾਨ ਮਾਰਿਆ ਗਿਆ, ਲੇਕਿਨ ਸਾਡੇ ਮੁੱਖ ਮੰਤਰੀ ਦੀ ਮਿਲੀ ਭੁਗਤ ਕਰਕੇ ਅੱਜ ਤੱਕ ਪਰਚਾ ਕੋਈ ਨਹੀਂ ਹੋਇਆ ਅਤੇ ਨਾ ਹੀ ਉਹਨੂੰ ਫੜਿਆ ਕਿਸੇ ਨੂੰ, ਨਾ ਹੀ ਕੋਈ ਗੱਲ ਹੋਈ, ਨਾ ਹੀ ਕਿਸੇ ਦੀ ਅਰੈਸਟ ਪਾਈ, ਨਾ ਹੀ ਕਿਸੇ ਦਾ ਨਾਮ ਦੱਸਿਆ ਵੀ ਉਹ ਸਾਹਮਣੇ ਪੁਲਿਸ ਵਾਲਾ ਖੜਾ ਸੀ ਕਿਹਨੇ ਮਾਰੀ ਹੈ। ਜਦ ਬਰਗਾੜੀ ਕਾਂਡ ਹੋਇਆ ਤਾਂ ਕਹਿੰਦੇ ਜੀ ਮੁੱਖ ਮੰਤਰੀ ਦਾ ਨਾਮ ਵਿੱਚ ਆਉਣਾ ਚਾਹੀਦਾ, ਇਸੇ ਮੁੱਖ ਮੰਤਰੀ ਨੇ ਪਾਇਆ, ਫਿਰ ਇਸ ਕਾਂਡ ਦੇ ਵਿੱਚ ਕਿਉਂ ਨਹੀਂ ਉੱਥੇ ਦੇ ਮੁੱਖ ਮੰਤਰੀ ਦਾ ਅਤੇ ਪਹਿਲਾਂ ਹੋਮ ਮਿਨਿਸਟਰ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ? ਇਹ ਵੀ ਸੇਮ ਕਾਂਡ ਹੈ, ਸਾਡੇ ਬੰਦਿਆਂ ਨੇ ਤਾਂ ਜੀ ਕਿਸਾਨਾਂ ਨੇ ਤਾਂ ਡਾਲਾ ਵੀ ਨਹੀਂ ਮਾਰਿਆ ਪਰ ਉਹਨਾਂ ਦੇ ਗੋਲੀਆਂ ਵੱਜੀਆਂ, ਉਹਨਾਂ ਦੇ ਬੰਦੇ ਮਾਰੇ ਗਏ। ਕਿਉਂ ਹੋ ਰਿਹਾ ਇਹ ਡਬਲ ਪੈਮਾਨੇ ਕਿਉਂ ਹੈ? ਕਿਉਂ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ? ਕਿਉਂ ਰੋਜ਼ ਫਰੌਤੀਆਂ ਆਉਂਦੀਆਂ? ਸਾਬਕਾ CM ਨੂੰ ਟੈਲੀਫੋਨ ਆ ਜਾਂਦਾ ਪੈਸੇ ਮੰਗਣ ਦਾ, ਮੈਨੂੰ ਆਇਆ, ਕੋਈ ਹੋਰ ਇਹ ਬੰਦਾ ਫੜ ਲਿਆ ਜਾਂਦਾ ਜਿਹਨੇ ਮੈਨੂੰ ਧਮਕੀ ਉਹਨੇ ਦਿੱਤੀ। ਜੇ ਇੱਕ ਸਾਬਕਾ ਮੁੱਖ ਮੰਤਰੀ ਨੂੰ ਫਰੌਤੀ ਦੀ ਧਮਕੀ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕਿਆ ਹਾਲ ਹੈ? ਇਹ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ। ਸੋ ਮੇਰਾ ਬੇਨਤੀ ਹੈ ਕਿ 200 ਯੂਨਿਟ ਪਹਿਲਾਂ ਹੀ ਮਾਫ ਸੀ, ਇਹਨਾਂ ਨੇ 100 ਕਰਕੇ ਨਾਲ ਇਹ ਲਾ ਤਾ ਕਿ 301 ਹੋ ਗਿਆ ਤਾਂ ਸਾਰੇ ਖਤਮ। ਕਿਉਂ ਬਈ ਉਹ ਅਗਲੇ ਦਾ 200 ਵੀ ਚਲੇ ਜਾਂਦਾ, ਉਹਨੂੰ ਫਾਇਦਾ ਕਿਉਂ ਹੋਇਆ, ਨੁਕਸਾਨ ਹੀ ਹੋਇਆ? ਸਾਡਾ ਕੰਮ ਟਾਈਮ ਆ ਗਿਆ ਤਾਂ ਅਸੀਂ ਆ 301 ਵਾਲੀ ਕੰਮ ਚੱਕਦੇ, 300 ਸਿੱਧਾ ਫਰੀ ਹੋਏਗਾ ਅਗਲੇ ਨੂੰ, 200 ਤਾਂ ਅਸੀਂ ਦਿੰਦੇ ਸੀ, 100 ਫਾਲਤੂ ਦੇਣਾ, ਅਸੀਂ 300 ਫਰੀ ਦੇਵਾਂਗੇ। ਅਤੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਉਹਨਾਂ ਦਾ ਜਿਹੜਾ ਮੈਨੀਫੈਸਟੋ ਆਇਆ ਉਹਦੇ ਵਿੱਚ ਕਿ 1 ਲੱਖ ਰੁਪਈਆ ਹਰ ਗਰੀਬ ਔਰਤ ਨੂੰ ਹਰ ਸਾਲ ਸਰਕਾਰ ਦੇ ਕਰੇਗੀ, ਜਿਸ ਤਰ੍ਹਾਂ ਮਨਰੇਗਾ ਅਸੀਂ ਪਕਾ ਕੇ ਦਿਖਾਈ ਹੈ,
ਹਰ ਮਜ਼ਦੂਰ ਨੂੰ 100 ਦਿਨ ਨੌਕਰੀ ਮਿਲੀ ਹੈ, ਹਰ ਦਿਹਾੜੀ ਮਿਲਦੀ ਹੈ। ਉਸੇ ਤਰ੍ਹਾਂ ਇਹ ਵੀ ਭਗਾ ਕੇ ਦਿਖਾਵਾਂਗੇ ਕਿ ਹਰ ਸਾਲ ਹਰ ਔਰਤ ਨੂੰ ਜਿਹੜੇ ਦਾ ਘਰ ਚਲਾਉਣ ਵਾਸਤੇ ਅਸੀਂ 1,00,000 ਰੁਪਈਆ ਉਹਨਾਂ ਨੂੰ ਦੇ ਕਰਨਾ। ਮੈਂ ਬੜੀਆਂ ਪਾਪੂਲਰ ਸਕੀਮਾਂ ਸ਼ੁਰੂ ਕੀਤੀਆਂ ਸੀ, ਲਾਲ ਟੋਰਾ ਸਕੀਮ ਸੀ, ਗਰੀਬਾਂ ਦੇ ਘਰਾਂ ਦੀਆਂ ਰਿਸ਼ਤੀਆਂ ਉਹਨਾਂ ਦੇ ਨਾਮ ਅਸੀਂ ਕਰ ਰਹੇ ਸੀ, ਇਹਨਾਂ ਨੇ ਬੰਦ ਕਰਤੀ ਹੈ। ਮੈਂ 3 ਰੁਪਏ ਬਿਜਲੀ ਸਸਤੀ ਕੀਤੀ ਸੀ, ਆਮ ਬੰਦੇ ਦਾ ਬਿੱਲ ਥੋੜ੍ਹਾ ਜਿਹਾ ਆਉਣ ਲੱਗ ਗਿਆ ਸੀ, ਇਹਨਾਂ ਨੇ ਫਿਰ ਉੱਚੀ ਲਈ ਹੈ। ਇਹ ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰੱਦ ਕਰੋਗੇ, ਲੇਕਿਨ ਸਾਡਾ ਸਮਝੌਤਾ ਰੱਦ ਕਰਿਆ ਹੋਇਆ ਇਹਨਾਂ ਨੇ ਇੱਕ ਕਬਾੜ ਹੋਇਆ ਹੋਇਆ 58 1,000 ਕਰੋੜ 'ਚ ਖਰੀਦ ਲਿਆ। ਮਿਲੀ ਭੁਗਤ ਕਿਹਦੀ ਹੈ? ਮੈਂ ਮੁੱਖ ਮੰਤਰੀ ਜੀ ਤੋਂ ਪੁੱਛਣਾ ਚਾਹੁੰਦਾ, ਅਸੀਂ ਬੇਘਰਿਆਂ ਨੂੰ ਘਰ ਦਿੱਤੇ, ਇਹਨਾਂ ਨੇ ਇੱਥੇ ਘਰ ਬੇਘਰ ਘਰ ਵਾਲਿਆਂ ਦੇ ਘਰ ਢਾਹ ਦਿੱਤੇ ਹੈ। ਜਲੰਧਰ ਵਿੱਚ ਹੋਇਆ, ਬੇਘਰਿਆਂ ਦੇ ਘਰ ਤਾਂ ਕਿਆ ਦੇਣੇ। ਪੰਜਾਬੀ ਅਸੀਂ 10ਵੀਂ ਤੱਕ ਲਾਗੂ ਕੀਤੀ, 3 ਮਹੀਨੇ ਦਾ ਮੇਰਾ ਟਾਈਮ, ਅੱਜ ਲੋਕ ਯਾਦ ਕਰਦੇ ਆ, ਮੈਨੂੰ ਟੈਲੀਫੋਨ ਕਰ ਕਰਕੇ ਕਹਿੰਦੇ ਆ ਕਿ ਅਸੀਂ 3 ਮਹੀਨੇ ਬਹੁਤ ਖੁਸ਼ ਰਹੇ। ਇੱਥੇ ਤੱਕ ਕਿ ਦੀਵਾਲੀ ਨੂੰ, ਛੋਟੀ ਜਿਹੀ ਗੱਲ ਹੈ, ਦੀਵਾਲੀ ਵਾਲੇ ਦਿਨ ਮੈਂ ਅਨਾਊਂਸ ਕਰਤਾ ਕਿ ਪਟਾਕਿਆਂ ਦੇ, ਖੇਲ ਖਿੱਲਾਂ ਦੇ ਜਿੰਨੇ ਮਰਜ਼ੀ ਫੜੀਆਂ ਲਗਾਓ, ਕੋਈ ਤੁਹਾਨੂੰ ਪੁਲਿਸ ਵਾਲਾ ਨਹੀਂ ਰੋਕੇਗਾ। ਸਭ ਦੀ ਵਧੀਆ ਦੀਵਾਲੀ ਗਈ। ਆ ਐਤਕੀ ਕਿਆ ਹੋਇਆ? ਆ ਰਿੰਕੂ ਔਰ ਇਹਨਾਂ ਦੇ ਬੰਦੇ ਹੀ ਦੀਵਾਲੀ ਦੀਆਂ ਸਾਰਿਆਂ ਨੇ ਇੱਥੇ ਦੇ ਜਿੰਨੇ ਮੰਜੇ ਲੱਗੇ, ਜਿੰਨੀਆਂ ਰੇਹੜੀਆਂ ਲੱਗੀਆਂ, ਜਿੰਨੀਆਂ ਫੜੀਆਂ ਲੱਗੀਆਂ, ਕਿਸੇ ਤੋਂ 5,000, ਕਿਸੇ ਤੋਂ 10,000, ਅਗਲੇ ਤੋਂ ਬੱਚੇ ਕੁਝ। ਸਾਡੀ ਦੀਵਾਲੀ ਅਸੀਂ ਦਿਖਾਈ ਹੈ ਵੀ ਕਿਸ ਤਰ੍ਹਾਂ ਪ੍ਰਸ਼ਾਸਨ ਹੋਣਾ ਚਾਹੀਦਾ। 5.5 ਰੁਪਈਏ ਰੇਤਾ ਵੇਚਿਆ, ਅੱਜ 27 ਰੁਪਈਏ ਵਿਕ ਰਿਹਾ। ਕਿਉਂ ਕਿਉਂ ਮੁੱਖ ਮੰਤਰੀ ਗੌਰ ਨਹੀਂ ਕਰਦਾ? ਮੈਂ ਰੰਗੇ ਹੱਥੀ ਟਰੱਕ ਭਰਦੇ ਫੜਾਏ ਆ, ਕੋਈ ਪਰਚਾ ਨਹੀਂ, ਕੋਈ ਕੁਛ ਨਹੀਂ। ਆ ਤੁਸੀਂ ਕਿਤੇ ਚਲੇ ਜਾਓ, ਕਿਸੇ ਦਰਿਆ ਪਰ ਰਾਤ ਨੂੰ ਸਾਰੀ ਰਾਤ ਟਰੱਕ ਭਰੀ ਜਾਂਦੇ ਹੈ, ਅਤੇ ਉਹਨੂੰ ਇਹਨਾਂ ਦੇ MLA ਉਹਦੀ ਸਰਪ੍ਰਸਤੀ ਕਰਦੇ ਹੈ, ਚੂਹੇ ਦੀ ਇਹਨਾਂ ਦੇ ਸਰਪ੍ਰਸਤੀ MLAਆਂ ਦੀ ਹੈ। ਇਹ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੋਲ ਕੇ ਰੱਖਿਆ ਹੋਇਆ, ਉਹ ਅੱਜ ਲੋਕਾਂ ਦੇ ਸਾਹਮਣੇ ਆਇਆ, ਅਤੇ ਆਉਣ ਵਾਲੇ ਦਿਨਾਂ 'ਚ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ। ਮੈਂ ਫਿਰ ਕਹਿੰਦਾ ਕਿ ਲੋਕ ਦੇਖਣ ਕੇ ਕਿਰਦਾਰ ਵਾਲੇ ਬੰਦੇ ਕੌਣ ਹੈ, ਜਿਨ੍ਹਾਂ ਦਾ ਆਪਣਾ ਸਟੈਂਡ ਕੋਈ ਨਹੀਂ, ਰੋਜ਼ ਬਦਲਦੇ ਹੈ, ਉਹਨਾਂ ਦੇ ਨਾਲ ਲੋਕ ਸਟੈਂਡ ਨਾ ਲੈ। ਇਹੀ ਮੇਰੀ ਲੋਕਾਂ ਨੂੰ ਅਪੀਲ ਹੈ। ਮੈਂ ਇੱਕ ਇੱਥੇ ਵਿਕਾਸ ਕਰਨ ਦੀ ਨੀਤ ਦੇ ਨਾਲ ਆਇਆ, ਅਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਮੈਨੂੰ ਸੰਭਾਲਣ ਅਤੇ ਮੈਨੂੰ ਮੌਕਾ ਦੇਣ। ਧੰਨਵਾਦ। ਇਹ ਤੁਹਾਨੂੰ ਲੱਗਦਾ ਵੀ ਜਿਹੜਾ ਪੰਜਾਬ 13 ਸੀਟਾਂ ਆ, ਇਹਦੀ ਜਿਹੜੀ ਪਰਫਾਰਮੈਂਸ ਆਊਗੀ ਜਿੱਦਾਂ ਵੀ ਆਊਗੀ, ਕਿਉਂਕਿ ਤੁਸੀਂ ਬਹੁਤਾ ਫੋਕਸ ਵੀ ਪੰਜਾਬ ਗਵਰਨਮੈਂਟ ਦੀ ਵਰਕਿੰਗ 'ਤੇ ਕੀਤਾ, ਰਾਦਰ ਦੈਨ ਵੀ ਨੈਸ਼ਨਲ ਇਲੈਕਸ਼ਨ ਲਾ ਕੇ, ਇਹ ਰੈਫਰੈਂਡਮ ਹੋਊਗਾ ਪੰਜਾਬ ਗਵਰਨਮੈਂਟ ਦੀ ਵਰਕਿੰਗ 'ਤੇ? ਦੇਖੋ, ਪੰਜਾਬ ਦੇ ਲੋਕ ਅੱਕ ਚੁੱਕੇ ਆ ਪੰਜਾਬ ਦੀ ਸਰਕਾਰ ਤੋਂ, ਅਤੇ ਪੰਜਾਬ ਦੇ ਲੋਕ ਬਹੁਤ ਦੁਖੀ ਹੈ ਕੇਂਦਰ ਦੀ ਸਰਕਾਰ ਤੋਂ, ਉਹਨਾਂ ਦੀਆਂ ਨੀਤੀਆਂ ਤੋਂ, ਉਹਨਾਂ ਦੀਆਂ ਸੂਬਿਆਂ ਦੇ ਰਾਜ ਖੋਣ ਦੀਆਂ ਨੀਤੀਆਂ, ਸੂਬਿਆਂ ਦੇ ਅਧਿਕਾਰ ਖੋਣ ਦੀਆਂ ਨੀਤੀਆਂ, ਉਹਨਾਂ ਦੀ ਪੰਜਾਬੀਆਂ ਪ੍ਰਤੀ ਮਾੜੀ ਸੋਚ, ਉਹਨਾਂ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ, ਇਸ